ਤੀ ਮਾਂ ਬਾਪ ਦੀ ਬਹੁਤ ਲਾਡਲੀ ਹੁੰਦੀ ਹੈ। ਤੀ ਨੂੰ ਜਦੋਂ ਮਾਂ ਬਾਪ ਨੂੰ ਤੋਰਨਾ ਪੈਂਦਾ ਉਸ ਵੇਲੇ ਪਤਾ ਲੱਗਦਾ ਕੀ ਧੀ ਦੀ ਕੀਮਤ ਹੈ। ਪਿਓ ਆਪਣੀ ਧੀ ਨੂੰ ਬਿਠਾ ਕੇ ਕੋਲ ਕਹਿੰਦਾ ਲਾਈਨਾਂ ਅਰਜ਼ ਨੇ ਤੁਹਾਡੇ ਸਾਹਮਣੇ, ਆ ਧੀਏ ਕੋਲ ਬਿਠਾ ਤੈਨੂੰ, ਆ ਧੀਏ ਕੋਲ ਬਿਠਾ ਤੈਨੂੰ, ਬਹੁਤ ਪਿਆਰ ਕਰਾਂ। ਆ ਧੀਏ ਕੋਲ ਬਿਠਾ ਤੈਨੂੰ, ਬਹੁਤ ਪਿਆਰ ਕਰਾਂ। ਰੱਬ ਨੇ ਜੋ ਦਿੱਤਾ ਤੋਹਫ਼ਾ, ਰੱਬ ਨੇ ਜੋ ਦਿੱਤਾ ਤੋਹਫ਼ਾ, ਉਸ ਦਾ ਸਤਿਕਾਰ ਕਰਾਂ। ਧੀ ਨੂੰ ਤੋਹਫ਼ਾ ਮੰਨਿਆ, ਉਸ ਦਾ ਸਤਿਕਾਰ ਕਰਾਂ। ਫਿਰ ਮਾਂ ਕਹਿੰਦੀ ਹੈ, ਅੱਜ ਆਪਣੇ ਹੱਥੀ ਤੇਰਾ, ਅੱਜ ਆਪਣੇ ਹੱਥੀ ਤੇਰਾ ਵੱਖਰਾ ਜਿਹਾ ਸ਼ਿੰਗਾਰ ਕਰਾਂ। ਤੇਰੇ ਮੱਥੇ ਲਈ, ਤੇਰੇ ਮੱਥੇ ਲਈ ਪੜਾਈ ਵਾਲਾ ਟਿੱਕਾ। ਸੋਨੇ ਦਾ ਟਿੱਕਾ ਤਾਂ ਆਪਣੇ ਆਪ ਬਣ ਜਾਂਦਾ ਬਾਅਦ ਦੇ ਵਿੱਚ ਜਦੋਂ ਕੁੜੀਆਂ ਪੜ੍ਹ ਲਿਖ ਜਾਂਦੀਆਂ ਨੇ, ਪਰ ਪੜਾਈ ਵਾਲਾ ਟਿੱਕਾ ਤਿਆਰ ਕਰਾਂ, ਟਿੱਕਾ ਤਿਆਰ ਕਰਾਂ ਤੇਰੇ ਆਚਰਣ ਨੂੰ ਨਿਖਾਰਨ ਦੇ ਲਈ, ਤੇਰੇ ਕਰੈਕਟਰ ਨੂੰ ਨਿਖਾਰਨ ਦੇ ਲਈ, ਤੇਰੇ ਆਚਰਣ ਨੂੰ ਸੁਚੱਜਾ ਬਣਾਉਣ ਦੇ ਲਈ ਮੈਂ ਤੇਰੇ ਨਾਲ ਵਿਚਾਰ ਕਰਾਂ। ਕਹਿੰਦੇ ਨੇ ਕਿ ਜੇ ਮਾਂ ਬਾਪ ਬੈਠ ਕੇ ਆਪਣੇ ਬੱਚਿਆਂ ਦੇ ਨਾਲ ਗੱਲ ਨੂੰ ਸਾਂਝੀ ਕਰਨ, ਉਹਨਾਂ ਦੀ ਗੱਲ ਨੂੰ ਸੁਣਨ, ਤਾਂ ਕਿਤੇ ਨਾ ਕਿਤੇ ਆਚਰਣ ਪੱਖੋਂ ਜਿਹੜੇ ਬੱਚੇ ਨੇ ਉਹ ਸੁਧਰੇ ਰਹਿੰਦੇ ਨੇ, ਠੀਕ ਰਹਿੰਦੇ ਨੇ। ਤੇਰੇ ਨਾਲ ਵਿਚਾਰ ਕਰਾਂ, ਦੁਨੀਆਂ ਭਰ ਦੀਆਂ ਖੁਸ਼ੀਆਂ ਤੇਰੇ ਤੋਂ ਨਿਛਾਵਰ ਕਰਾਂ, ਦੁਨੀਆਂ ਭਰ ਦੀਆਂ ਖੁਸ਼ੀਆਂ ਤੇਰੇ ਤੋਂ ਨਿਛਾਵਰ ਕਰਾਂ। ਦਿਲ ਕਰਦਾ ਮੈਂ ਆਪਾਂ ਹੀ ਤੇਰੇ ਤੋਂ ਬਲਿਹਾਰ ਕਰਾਂ, ਤੇ ਆਪਾਂ ਹੀ ਤੇਰੇ ਤੋਂ ਬਲਿਹਾਰ ਕਰਾਂ। ਸੋ ਇੱਕ ਵਾਰੀ ਸੱਭਿਆਚਾਰਕ ਚੇਤਨਾ ਮੰਚ ਨੂੰ ਵਧਾਈ ਦਿੰਦੀ ਹਾਂ ਅਤੇ ਨਾਲ ਨਾਲ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਨਿਮਾਨੀ ਜੀ ਨੂੰ ਇੱਥੇ ਬੁਲਾ ਕੇ ਇੰਨਾ ਮਾਣ ਬਖਸ਼ਿਆ। ਜੈ ਹਿੰਦ।